ਯਾਰ ਨਾ ਉਹਨੂੰ ਫੋਨ ਕਰ ਲੋ ਯਾਰ, ਹਜੇ ਭਈ ਆਹੀ ਵਾਰ ਰੋਟੀ ਖਾ ਲਈਏ ਬਹਿ ਕੇ ਯਾਰ। ਯਾਰ ਉਹਦੇ ਭਾਵੇਂ ਗਾਇਬ ਕਰਨ ਡੇ ਭਾਵੇਂ ਮੈਂ ਉਹਨਾਂ ਕਿ ਤੂੰ ਕੱਲੇ ਖਾ ਲੈਣਾ ਜਾ ਪਹਿਲਾ ਮੱਥਾ ਟੇਕਿਆ ਮਾਰ ਲੈ ਪੇ ਗਈ ਯਾਰ। ਇਹ ਮਿੱਤਰ ਪਿਆਰਾ ਮਿੱਤਰੋ ਚੱਲ ਆਈ ਅੱਜ ਕੈਨੇਡਾ ਦੀ ਧਰਤੀ ਨੂੰ ਤੇ ਡੇਢ ਘੰਟੇ ਲੰਗਰ ਸ਼ੁਰੂ ਕੀਤਾ, ਇਹਦੇ ਪ੍ਰਸ਼ਾਦੇ ਨੀ ਪੂਰੇ ਹੋਣ ਡੇ। ਦਿਹਾੜੀਦਾਰ ਪਿਛਲੇ ਹਫ਼ਤੇ ਤੋਰਿਆ ਤੇ ਦੂਜਾ ਦਿਹਾੜੀਦਾਰ ਹੁਣ ਤੋਰਨ ਲੱਗਾ। ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਜੀ। ਤੇ ਬਾਕੀ ਤੇ ਇਹਨੂੰ ਸ਼ਗਨ ਪਾਉਣਗੇ ਪੈਸੇ ਪੂਏ ਦਾ, ਚੱਲੇ ਤੂੰ ਇਹਦੇ ਵੱਢ ਨੀ ਦਿੰਦੀ ਜਾ, ਠੀਕ ਆ। ਹੈ ਓਏ ਇੱਧਰ ਗੱਲ ਸੁਣ, ਮੇਰੀ ਗੱਲ ਸੁਣ, ਪੱਕਾ ਦੰਦੀ ਵੱਢਣੀ ਇਹਦੀ, ਦੰਦੀ ਤੇ ਸਾਰ ਲੂਗਾ ਵੀ ਜਿਹਦਾ ਪੁਰਾਣਾ ਭਲਾ ਹੈ ਉਹਦੇ ਲੂਗਣ, ਉਹਦੇ ਲੂ ਵੀ ਨਹੀਂ ਮਿਲੇ ਲੱਗ ਜਾਊਗੀ ਤੇ ਕਿਸ਼ਨ ਦਾ ਭਰਾ ਜਿਸ ਦਾ ਭਾਈ ਆਪਣੀ ਇੱਜ਼ਤ ਨਾਲ ਭਰਾ ਦਾ ਵੀ ਉਹੀ ਹਾਲ ਹੈ, ਭਰਾ ਦੇ ਦੰਦ ਲਵਾ ਦੇ ਪਰ ਠੰਡੇ ਸਿਆਲ ਦੇ ਦਿਨ ਮਿੱਤਰੋ ਦੋ ਤਿੰਨ ਲਹਿਰ ਵਿੱਚ ਰਾਤ ਨੂੰ ਘੁੰਮ ਰਹੇ ਸੀ। ਹਾਂ ਘੁੰਮ ਕਿੱਧਰ ਰਹੇ ਆ? ਡੀਮਾਰਟ ਵਾਲਾ ਮਹੱਲਾ, ਡੀਮਾਰਟ ਵਾਲਿਆਂ ਦੇ ਮੁੰਡੇ ਨੇ ਚੱਲ ਜਾਣਾ ਮਿੱਤਰੋ ਅੱਜ ਬਾਹਰ, ਮਿੱਤਰ ਸਾਡਾ ਜਾ ਰਿਹਾ ਬਾਹਰ ਅੱਜ ਕੈਨੇਡਾ ਦੀ ਧਰਤੀ ਨੂੰ। ਖੁਸ਼ ਤੇ ਅਸੀਂ ਬਥੇਰੇ ਪਰ ਦਿਲ ਬੜਾ ਕਾਊ ਮਾਊ ਕਰਨ ਦਿਆ। ਸਤਿ ਸ਼੍ਰੀ ਅਕਾਲ ਮਿੱਤਰੋ, ਬਹੁਤ ਬਹੁਤ ਸਵਾਗਤ ਨਵੀਂ ਵੀਡੀਓ ਦੇ ਵਿੱਚ ਮੇਰੀ। ਤੁਸੀਂ ਚੜ੍ਹਦੀ ਕਲਾ ਜਾਓ ਇੱਧਰ, ਫੁੱਲ ਚੜ੍ਹਦੀ ਕਲਾ ਵਿਆਹ ਵਿਊ ਚੱਲਣ ਦਿਆ, ਵਿੱਚੇ ਹੀ ਵਿਆਹ, ਵਿੱਚੇ ਹੀ ਗੁਰਪੂਰਬ, ਵਿੱਚੇ ਇੱਕ ਘਰ ਲੰਗਰ ਹੁੰਦਾ, ਉਹ ਵੀ ਦੋ ਚਾਰ ਕੰਮ ਇਕੱਠੇ ਰਲਵੇਂ ਮਿਲਵੇਂ, ਕਿਸੇ ਦਾ ਸਵਾਦ ਨਹੀਂ ਆ ਰਿਹਾ। ਇੱਧਰ ਵੀਰ ਨੂੰ ਵਧਾਈ ਦੇਣ ਆਇਆ ਸੀ, ਚੱਲ ਗਿਆ। ਹਾਏ ਹਾਏ ਕੱਪੜੇ ਬੈਗਾਂ ਵਿੱਚ ਪਾਏ ਹੋਏ ਨੇ, ਇਹਨਾਂ ਨੇ ਅੱਜ ਭੱਜ ਜਾਣਾ ਜਿਹੜੇ। ਹਾਏ ਰੱਬਾ, ਉਹ ਭਾਣਜਾ ਸਤਿ ਸ੍ਰੀ ਅਕਾਲ, ਠੀਕ ਠਾਕ ਆ ਰਾਜੀ ਖੁਸ਼ੀ ਪੱਕਾ? ਉੱਧਰ ਦੇਖੋ ਤੁਸੀਂ ਇਸ ਕੰਡੇ ਉੱਤੇ ਅੱਜ ਤੱਕ ਇਹਨੇ ਖੰਡ, ਮਿਰਚਾਂ, ਹਲਦੀ, ਦਾਲਾਂ ਆਦਿ ਸਮਾਨ ਤੋਲ ਲਿਆ। ਮੇਰੀ ਗੱਲ ਸੁਣ, ਵੱਡੇ ਬੈਗ ਵੀ ਇੱਥੇ ਤੋਲੇ ਤੂੰ, ਵੱਡੇ ਬੈਗ ਵੀ ਇਹਦੇ ਤੋਲੇ, ਕਿਲੋ ਕਿਲੋ ਕਰਕੇ ਸਮਾਨ ਤੋਲੇ ਹੋਣਾ। ਯਾਰ ਯਾਰ ਚੀਜ਼ੀ ਖਾਣੀ ਨਹੀਂ ਦੇਣੀ, ਨਹੀਂ ਦੇਣੀ ਮਾਮੂ ਦੇ ਦਾ ਚੀਜ਼ੀ ਮਾਮੂ, ਮੇਰੀ ਗੱਲ ਸੁਣ, ਖਾਣੀ ਚੀਜ਼ੀ ਨਹੀਂ ਦੇਣੀ, ਨਹੀਂ ਦੇਣੀ ਆ ਰਹਿਣ ਤੋਂ ਠੰਡ ਨੋ 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 ਚੀਜ਼ੀ ਨਹੀਂ ਨਾ ਖਾਣੀ, ਖਾਣੀ 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 ਚੀਜ਼ੀ
ਨਹੀਂ ਦੇਣੀ ਜੀਜੀ ਤੈਨੂੰ ਪੰਜ ਦਰਜੇ ਮਾਮੇ ਮਾਮੇ ਦਾ ਸਦਮਾ ਵਾਲਾ ਲੱਗਣ ਡਿਆ ਮਾਮਾ ਇਹਨੂੰ ਕਿਹੜਾ ਮਾਮਾ ਚੱਲਾ ਮਾਰ ਉਹ ਮਾਮਾ ਮਾਰ ਮਾਮੀ ਲੈ ਕੇ ਆਊਗਾ ਉਹ ਮਾਮੇ ਦੀ ਮਾਮੀ ਲੈਣੀ ਮਾਰੋ ਫੋਟੋ ਖਿੱਚਦੇ ਬਾਕੀ ਜੋ ਜੋ ਮਰਜ਼ੀ ਕਰਦਾ ਹਾਂ ਇੰਗਲਿਸ਼ ਵਿੱਚ ਹੀ ਦਿਆ ਉੱਤੇ ਕਿਹੜੀ ਗੋ ਚੀਨੀ ਗੋ ਚੀਨੀ ਕੈਨੇਡਾ ਚੀਨੀ ਮਾਜਰੀ ਮਾਜਰੀ ਗੱਲ ਮਾਜਰੀ ਬੰਜ ਨਹੀਂ ਗੱਲ ਚਲਾਈ ਰੱਖ ਮਾਮਾ ਜਿਹੜਾ ਬੀੜੀ ਲੈਟਰ ਨੂੰ ਦਿਖਾਉਣਾ ਦਾ ਨਾ ਕਰ ਮੂੰਹ ਅੱਗੇ ਦਾੜੀ ਨਾ ਸੜਾ ਲਈ ਕੀ ਬੰਬ ਲਾਉਣ ਉੱਤੇ ਲਾਓ ਅੱਗ ਮਾਮਾ ਜਾਣ ਲੱਗੇ ਦੰਦੀ ਸ਼ਕਲ ਨੀ ਪਾਉਣਾ ਤੂੰ ਮੇਰੀ ਗੱਲ ਹਾਂ ਚਿੱਟੇ ਰੰਗਦੀ ਆਂਟੀ ਕਹਿ ਦੋ ਸਾਵਲੇ ਰੰਗ ਦੀ ਹੈ ਸਾਵਲੇ ਸਾਵਲੇ ਕਣਕ ਮੰਗਾ ਰੰਗ ਮੱਝਦਾ ਬੇੜੇ ਕਰਕੇ ਹੋ ਗਿਆ ਮੱਝ ਦਾ ਬੂਰੀ ਬੜਾ ਗਾਇਸ ਘੁਮਾ ਕੇ ਦੇਖ ਸਕਦੇ ਹੋ ਇਹ ਗਾਇਸ ਦਾ ਤੇ ਬੇੜੇ ਕਰਕੇ ਤੂੰ ਉੱਥੇ ਰੱਖ ਉੱਥੇ ਰੱਖ ਚੱਕਿਆ ਜਿਹੜਾ ਭਰੇ ਆ ਭਾਣ ਜਿਹਨੇ ਪੂਰਾ ਰੋਸਾ ਕੱਢਿਆ
ਐ ਨਾ ਰੋਸ ਕੱਢਿਆ ਆਪਣੇ ਮਾਮੇ ਜਾਨ ਦਾ ਪ੍ਰੀਤੋ ਇਹ ਪ੍ਰੀਤੋ ਇਧਰ ਕਹਿੰਦਾ 6 ਸੈਂਟੀਮੀਟਰ ਤੋਂ ਛੋਟੀ ਪਾ ਸਕਦੇ ਕਰਾਂ 6 ਸੈਂਟੀਮੀਟਰ ਨੂੰ ਬੜਾ ਨਾਲ ਕੇ ਢਾਬੇ ਤੇ 10 ਲਾਂਗਰੀ ਤੇ ਭਾਂਡੇ ਮਾਂਜਣ ਨੂੰ ਕਰਨ ਭਈਆ ਮਾਮਾ ਖੋਈ ਆ ਇਹਦਾ ਚੈੱਕ ਕਰ ਪੂਰੀ ਹੋ ਜਾਏਗੀ ਪੂਰੀ ਹੋ ਜੂਗੀ ਮਾਮਾ ਸਿਪ ਸਿਪ ਪਾਉਣੀ ਤੁਹਾਨੂੰ ਸਾਰਿਆਂ ਨੂੰ ਚਾਹੇ ਖੁਰਚਿੰਗ ਲਾਈਕ ਦਿਸ ਦਿਸ ਹੈਨਾ ਹਾਂ ਬੰਦ ਕਰਤੀ ਨਹੀਂ ਸੇਮ ਹੋਈ ਆ ਇਹ ਵੱਟ ਕੱਟ ਚਾਹ ਬਣਾਈ ਭਲਾ ਕਿਉਂ ਜਗਰਾਜਾ ਇਹ ਬਣਾਈ ਤਾਂ ਮਿੱਤਰੋ ਗਰਨੂਰ ਘਰ ਪ੍ਰਭਾਤ ਫੇਰੀ ਤੇ ਹੁਣ ਜਾ ਕੇ ਮੇਰੇ ਸਾਹਮਣੇ 12 ਵੱਜਣੇ ਨਾਲ ਉਹਨੂੰ ਤੋਰਦਿਆਂ ਤੋਰਦਿਆਂ ਉਸ ਤੋਂ ਬਾਅਦ ਅੱਛਾ ਇਹਨੇ ਵੀ ਵਿੱਚ ਮਾਰ ਉਸ ਤੋਂ ਬਾਅਦ ਸਾਨੂੰ ਸੁਣ ਮੇਰੀ ਗੱਲ ਉਸ ਤੋਂ ਬਾਅਦ 1 ਵਜੇ ਦੁਬਾਰੇ ਉੱਠਣੇ ਪੈਣਾ ਨਹਾ ਧੋ ਕੇ ਪ੍ਰਕਾਸ਼ ਕਰਨਾ ਗੁਰੂ ਗ੍ਰੰਥ ਸਾਹਿਬ ਦਾ ਫਿਰ ਸੂਮ ਸਾਹਿਬ ਦਾ ਪਾਠ ਸ਼ੁਰੂ ਕਰਕੇ 4 ਵਜੇ ਕੀਰਤਨ ਫਿਰ ਪ੍ਰਭਾਤ ਫੇਰੀ ਵਾਲੀ ਬਾਕੀ ਦਾ ਸਾਂਝਾ ਕਰਾਂਗੇ ਨਾਲ ਨਾਲ ਤੁਹਾਨੂੰ ਬਲੌਗ ਸੋਇਆ ਤੇ ਬਿਲਕੁਲ ਯਾਰ ਤਾਂ ਕਰਕੇ ਪੂਰੀ ਠੋਕ ਮੀ ਪੱਤੀ ਪਾ ਕੇ ਚਾਹ ਬਣਾ ਲਈ ਤੇ ਮਿੱਠਾ ਜਿਹਾ ਕਰੀ ਮੈਨੂੰ ਪਾ ਮਾਰਿਆ ਜੀ ਹਾਂ ਮਿੱਠਾ ਜਿਹਾ ਕਰ ਮਾਰਿਆ ਹਾਂ ਹਾਂ ਰਿਵਿਊ ਵੱਟ ਕੱਢ ਨਹੀਂ ਨਹੀਂ ਚਲ 10 ਚ ਇਹ 2 ਵੀ ਮਾਰ ਰੱਖਣ ਨੂੰ ਦਿੱਤੇ ਗਏ ਚਾਹ ਦੇ ਤੇ 0 ਹੀ ਹੈ 10 ਚ 2 ਕਦੇ ਮਾਂ ਜਾਣੀ ਕੀਤਾ ਹੈ ਨਹੀਂ ਸਵਾਲ ਮਾਸਲ ਹੀ ਸਵਾਲ ਕੀ ਇਹ ਨਹੀਂ ਰਿਹਾ ਸਵਾਲ ਹੈ ਕੀ ਪਵੜਾ ਦਾ ਕੀ ਪਵੜਾ ਦਿਲਾਂ ਦੀ ਧੜਕਣ ਇਸ ਮੁਹੱਲੇ ਦੀ ਧੜਕਣ ਚੱਲੀ ਕੈਨੇਡਾ ਡੀਮਾਰਟ ਵਾਲੇ ਬਾਬੂ ਜੀ ਜਾ ਰਹੇ ਕੈਨੇਡਾ ਕੋ ਸਹੀ ਗੱਲ ਹੈ ਦੌੜ 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 ਕੀ ਕਹਿੰਦਾ ਸਵੇਰੇ ਕੌਣ ਠਾਲਦਾ ਇੱਕ ਮਜਬੂਰੀ ਇੱਕ ਮੰਮੀ ਤੇ ਇੱਕ ਅਲਾਰਮ ਇੱਕ ਅਲਾਰਮ ਬਸ ਜਬੂਰੀ ਜਬੂਰੀ ਹਾਂ ਅਫਰਤ ਵੇਲੇ ਬੋਲਿਆ ਉਹ ਫਰੋਈ ਦਾ ਬੂਆ ਬੰਦ ਕਰ ਦੋ ਯਾਰ ਬਿਜਨੇ ਵੱਡ ਠੰਡ ਤੇ ਬਹੁਤ ਜ਼ਿਆਦੀ ਆ ਭਾ ਨੂੰ ਕੱਢਣ ਨੂੰ ਕਿੰਨੇ ਤੇਜ਼ ਆ ਓਏ ਤੁਸੀਂ ਪਤਾ ਮੈਨੂੰ ਮਾਮਾ ਹੋਲ ਪੈਣ ਡਿਆ ਸੱਚੀ ਦੱਸਾਂ ਤੇ ਕੀ ਆ
ਏਅਰਪੋਰਟ ਵਾਲੇ 2-2 ਕਿਲੋਮੀਟਰ ਤੁਰ ਕੇ ਫਿਰ ਪੈਸੇ ਮੰਗਦੇ ਆ। ਕੀ ਗੁਮਸ਼ੁਦਾ ਦੀ ਤਲਾਸ਼? ਗੁਮਸ਼ੁਦਾ ਦੀ ਤਲਾਸ਼ ਹਰਮਨ ਆਪਣੀ ਗੱਡੀ ਚੋਂ ਲਿਆ ਬੋਟਲ ਕੱਢ ਕੇ ਪਾਣੀ ਵਾਲੀ ਉਹ ਲਿਆ ਬੋਟਲ ਜਿਹੜੀ ਪਈ ਓਕੇ ਜੀ ਜਾ ਕੇ ਫੋਨ ਕਰਿਓ ਜ਼ਰੂਰ ਜੀ। ਬਾਰਾਂ ਵਜੇ ਸੁੰਨੀਆਂ ਗਲੀਆਂ ਦੇ ਵਿੱਚ ਘੁੰਮੀ ਜਾਂਦੇ ਆ ਯਾਰ ਮਿੱਤਰ ਨੂੰ ਤੋਰ ਰਹੇ ਭਾਈ ਹੱਸ ਹੱਸ ਕੇ ਤੋਰ ਰਹੇ ਪਰ ਮਗਰੋਂ ਰੋ ਹੋ ਗਿਆ ਉਹਦੇ ਮੂੰਹ 'ਤੇ ਵੀ ਰਹੇ ਕਿ ਐਵੇਂ ਕਿਤੇ ਉਹਦਾ ਵੀ ਦਿਲ ਘਟੂਗਾ ਵੇ ਕਿਉਂ ਵੀ ਅਤੇ ਬਾਕੀ ਹੁਣ ਜਾ ਕੇ ਸ਼ੂਗਰ ਮੇਲੇ ਕਰੀਏ ਅਤੇ ਜੇ ਸੌ ਗਏ ਤਾਂ ਫਿਰ ਨਹੀਂ ਉੱਠਿਆ ਜਾਣਾ ਮਿੱਤਰੋ ਬਾਕੀ ਬਾਕੀ ਤੁਸੀਂ ਜੁੜੇ ਰਹੋ ਲੋਕ ਦੇ ਨਾਲ ਅਗਲੀਆਂ ਗੱਲਾਂ ਬਾਤਾਂ ਗਾਂਹ ਗਾਂਹ ਕਰਦੇ ਹਾਂ। ਸਪੇਰਾ ਡੈਡੀ ਨੂੰ ਭੱਲ ਆ ਗਿਆ ਅੱਧਾ ਘੰਟਾ ਹੋਇਆ ਮਿੱਤਰੋ ਅੱਧਾ ਘੰਟਾ ਹੋਇਆ ਘਰੋਂ ਨਿਕਲਿਆ ਨੂੰ ਤੇ ਫੋਨ ਕਰਕੇ ਪੁੱਛਦਾ ਕਿੱਥੇ ਪਹੁੰਚ ਗਏ ਮੈਂ ਕਿਹਾ ਪਲ ਪਲ ਦੀ ਖਬਰ ਲਈਏ ਵਾਹਿਗੁਰੂ ਵੀਡੀਓ ਕਾਲ ਵਾਲਾ ਦਿੱਲੀ ਤੱਕ ਦੀ
ਗੁੱਡ ਮਾਰਨਿੰਗ ਹੋ ਗਈ ਕਈਆਂ ਤੇ ਪਰਨੇ ਕੱਜੀਆਂ ਦੇ ਤੇ ਕਈ ਪਾਠ ਕਰੀਆਂ ਦੇ ਵਾਹਿਗੁਰੂ ਸੱਚਾ ਪਾਤਸ਼ਾਹ ਤੇ ਮੂੰਹ ਇਹਨਾਂ ਦੇ ਦਿਖਾ ਦੀ ਆਪਣਾ ਤੇ ਦਿਖਾਉਣ ਯੋਗ ਨਹੀਂ ਹੈਗਾ ਅੱਜ ਤੱਕ ਉੱਠ ਜਾਓ ਭਾਜੀ ਚਲੋ ਛੇਤੀ ਆ ਜਾਓ ਠੰਡ ਇੰਨੀ ਹੈ ਕਿ ਹੱਥ ਪੈਰ ਬਿਲਕੁਲ ਸੁੰਨ। ਪ੍ਰਭਾਤ ਫੇਰੀ ਤੋਂ ਮਿੱਤਰੋ ਸਮਾਪਤੀ ਤੇ ਜਲੀਆਂ ਵੜ ਗਈਆਂ ਹੁਣ ਕਮਰੇ ਚ, ਇੱਥੇ ਰਾਤ ਸੋਤੇ ਤੇ ਹੁਣ ਇੱਥੇ ਹੀ ਚਾਹ ਪੀਆਂਗੇ ਦੁਬਾਰੇ। ਪ੍ਰਭਾਤ ਫੇਰ ਦੀ ਚਾਹ ਆਪਣਾ ਹੀ ਚਾਹ ਆਉਂਦਾ। ਸ਼ੁਕਰ ਹੈ ਮੇਰੀ ਚਾਹ ਮੁੱਕ ਗਈ ਆ। ਗੁਰਪੁਰਬ ਦੀਆਂ ਤਿਆਰੀਆਂ ਇੱਕਦਮ ਦੱਬ ਕੇ ਚੱਲਣ ਦੀਆਂ। ਉਹ ਸੇਵਾਦਾਰ ਲਾ ਲਿਓ।
ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਸੇਵਾਦਾਰ ਵਾਲੇ ਕਿੱਧਰ ਆ? ਉਹ ਵੇਖਿਓ ਵੇਖਿਓ ਲੰਘ ਲੈਂਦੇ ਹੋ ਜੀ। ਆਏ ਹਾਏ ਵੀਜੇ ਐ ਨੀ ਲੱਗਦੇ, ਦਿਨ ਰਾਤ ਮਿਹਨਤ ਕਰਦੇ ਵੇਦੀ ਫੇਰ ਲੱਗਦੇ ਵੀਜੇ। ਛੋਕਰ ਕਿੱਦਾਂ? ਤੂੰ ਹੀ ਬੜੀ ਤੂੰ ਤੂੰ ਬੜੇ ਦਿਨਾਂ ਬਾਅਦ ਮਿਲੀ ਮੈਨੂੰ, ਮੈਂ ਪਿੰਡ ਨਾ ਤੂੰ ਬੜੇ ਦਿਨਾਂ ਬਾਅਦ ਲੱਭੀ ਆ। ਮਾਮੇ ਨੇ ਕਿਸੇ ਕੁੱਟ ਕੇ ਕੱਢਣੀ ਫੇਰ ਤੁਸੀਂ ਆਉਣਾ ਘਰ ਨੂੰ। ਓਏ ਰਾਮ ਜਿਆਦਾ ਇੱਧਰ ਆ ਜਰਾ, ਇਹ ਗੁਰਪੁਰਬ ਦੀਆਂ ਤਿਆਰੀਆਂ ਬਾਕੀ ਨਾ ਹੈ ਯਾਰ, ਪਤਾ ਨੀ ਬਾਬੇ ਅਕਲ ਅਕਲ ਕਰ ਮਨੀ। ਹਾਂ ਇੱਧਰ ਵੀਜ਼ਾ ਦੀ ਤਿਆਰੀ ਹੋਣ ਡੀ ਆ, ਉਹ ਵੀਜ਼ੇ ਤਿਆਰੀ ਉੱਧਰ ਦੇਖ। ਪੇਪਰ ਕਿੱਦਾਂ ਦਾ? ਸੀਗਾ ਕਹਿੰਦਾ ਅੱਜ ਪੰਜਾਬੀ, ਕੱਲ੍ਹ ਕਹਿੰਦਾ ਇੰਗਲਿਸ਼ ਦਾ। ਇੱਧਰ ਉੱਧਰ ਲੜੀਆਂ ਲੱਭਦੀਆਂ ਜਿਹੜੀਆਂ ਨਾ ਸਿਰਫ ਇਹਨਾਂ ਨੇ ਲਾਈਆਂ, ਇਹ ਠੰਡ 'ਚ ਸਵੇਰ ਦੇ ਲੱਗੇ ਤੜਕੇ ਦੇ ਤੇ ਮੈਨੂੰ ਫੋਨ ਕਰਕੇ ਗਾਲਾਂ ਕੱਢਣ ਦੇ। ਸੇਵਾ ਦਲ ਦੇ ਮੁੱਖ ਪ੍ਰਧਾਨ ਹੈ ਤੇ ਇਹਨੇ ਸਾਨੂੰ ਸਖਤ ਹਦਾਇਤਾਂ ਦਿੱਤੀਆਂ, ਆ ਜਾਓ ਦਿਖਾਈਏ। ਬਾਬਾ ਗਰੁੱਪ ਨੂੰ ਬੇਨਤੀ ਕੀਤੀ ਜਾਂਦੀ ਪਾਲਕੀ ਸਾਹਿਬ ਦੀ ਸੇਵਾ ਕਰਕੇ ਛੇਤੀ ਸੌਣ ਦੀ ਕਿਰਪਾਲਤਾ ਕਰੋ, ਟਾਈਮ 9 ਵਜੇ। ਸੇਵਾ ਦਲ ਦੇ ਮੈਂਬਰ ਵੀ ਤੁਹਾਡੇ ਨਾਲ ਸੌਣਗੇ, ਦਿੱਤੇ ਗਏ ਟਾਈਮ ਅਨੁਸਾਰ ਸੌਣ ਦੀ ਕਿਰਪਾਲਤਾ ਕਰੋ ਜੀ। ਜੇ ਕੋਈ ਨਾ ਸੁੱਤਾ ਤੈ ਕੋਈ ਤੁਹਾਨੂੰ ਕੁਛ ਕਵੇ ਤਾਂ ਗੁੱਸਾ ਨਹੀਂ ਕਰਨਾ, ਆਪਣੀ ਜ਼ਿੰਮੇਵਾਰੀ ਵੀ ਸਾਰੇ ਸਮਝਣ ਅਤੇ ਆਪਣਾ ਆਪਣਾ ਸਾਰੇ ਕੰਮ ਕਰਨ, ਸੇਵਾ ਕਰੋ ਜੀ। ਇਹ ਲਿਖਿਆ ਕਿੰਨੇ ਆ? ਇਹਦੀ ਮੌਤ ਹੈ, ਹੋਰ ਨਹੀਂ ਕੋਈ। ਧਮਕੀ ਦੇ ਤੂੰ ਸਾਨੂੰ, ਹਵੇ ਧਮਕੀ ਦੇ ਤੈਨੂੰ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰਪੁਰਬ ਨੂੰ ਸਮਰਪਿਤ ਆ ਸਾਰੀਆਂ ਤਿਆਰੀਆਂ ਚੱਲਣ ਡੀਆਂ ਤੇ ਅੱਜ ਸਹਿਜ ਪਾਠ ਰੱਖੇ ਗਏ, ਉਹ ਸੋਰੀ ਅਖੰਡ ਪਾਠ ਸਾਹਿਬ ਅੱਜ ਰੱਖੇ ਗਏ ਤੇ ਪਰਸੋਂ ਨੂੰ ਭੋਗ ਦੇ, ਕੱਲ੍ਹ ਨਗਰ ਕੀਰਤਨ। ਮਾਟੋ ਪ੍ਰੈਸ ਕਰ ਰਹੇ ਮਾਟੋ, ਨਹੀਂ ਜਾਣਾ ਕਿਤੇ ਵੀ। ਉਹ ਰੰਗ ਚੱਲ ਗਿਆ, ਰੰਗ ਚੱਲ ਗਿਆ, ਰੰਗ ਚੱਲ ਗਿਆ, ਰੰਗ ਚੱਲ ਗਿਆ, ਰੰਗ ਚੱਲ ਗਿਆ। 31 ਤਰੀਕ ਆਹ ਬੰਦੇ ਨੇ ਡਾਇਰੀ ਮਾਰ ਜਾਣਾ ਭਾਜੀ। ਭਾਜੀ ਕਿੱਦਾਂ ਦਾ ਫੀਲ ਹੋਣਾ ਯਾਰ ਜਦੋਂ ਘਰ ਛੱਡਣਾ ਹੈ? 31 ਤਰੀਕ ਤੇ 31 ਸਾਲਾਂ ਬਾਅਦ ਭਾਈ 31 ਸਾਲ ਹੋ ਗਿਆ ਫਿਰ ਤੇ ਵੀ ਜੀਰਗਾ ਨਿਆਣਾ ਨਾਲ ਹੀ ਲੈ ਜਾ ਇੱਕ ਅੱਧਾ। ਆ ਸੇਵਾ ਦਲ ਦੇ ਮੁਖੀਆਂ ਨੇ ਲਿਖਿਆ ਸਾਰਾ ਕੁਝ, ਇੰਨੀ ਹਿੰਮਤ ਪੈ ਗਈ ਅੱਜ? ਅੱਛਾ ਜਿਹੜਾ ਮੁਖੀ ਹੈ ਨਾ, ਮੁਖੀ ਮੁਖੀ ਨੂੰ ਪਤਾ ਇਹਨੇ ਬਾਹਰ ਚੱਲ ਜਾਣਾ ਤੇ ਛੇਤਰ ਤੁਹਾਡੇ ਪੈ ਜਾਣੇ ਮਗਰੋਂ। ਗੱਲ ਇਹ ਆ
ਟੈਨਸ਼ਨ ਹੀ ਨਹੀਂ ਭਰਾ ਦਿੰਦੇ ਸਰ। ਉਹ ਯਾਰ ਨਿੱਕੇ ਨਿੱਕੇ ਦਾ ਵੀ ਸਰਕਾਰੀ ਗੱਲਾਂ ਹੋਣ ਦੀਆਂ ਨਾਲ ਨਾਲ ਨਗਰ ਕੀਰਤਨ ਦੀਆਂ ਤਿਆਰੀਆਂ, ਸਾਰੇ ਵੀਰ ਭਰਾ ਲੱਗੇ ਫੁੱਲ ਨੂੰ ਪਰੋਣ ਧਾਗਿਆਂ ਵਿੱਚ, ਧਾਗਿਆਂ ਨਾਲ ਪਰੋ ਪਰੋ ਕੇ ਲੜੀਆਂ ਤੇ ਲੜੀਆਂ ਇੱਥੇ ਸਜਾਈਆਂ ਜਾਣਗੀਆਂ। ਮਨ ਸਿੰਘ ਆ ਗਿਆ ਜੀ, ਹਾਏ ਹਾਏ ਹਾਏ, ਠੀਕ ਠਾਕ ਆ, ਸੇਵਾ ਦਲ ਵਾਲੀ ਐਂਟੀ ਪਾਰਟੀ ਵੀ ਨਾਲ ਹੀ ਆ। ਜਿਹੜੀਆਂ ਸੇਵਾ ਵਾਲੀ ਚਾਂਪਾਂ ਮੰਗਾਈਆਂ, ਅੱਛਾ ਕੋਕ ਲੈਣੀ ਲੈ ਵੀ ਬਾਬੇ, ਕੋਕ ਸੇਵਾ ਦਾ ਲੈ ਲਓ ਕਹਿੰਦੇ, ਚਾਂਪਾਂ ਸਾਡੇ ਵੱਲੋਂ ਨੀ, ਸਾਡਾ ਕਿਹੜਾ ਦਾਲ ਆ ਭਲਾ, ਉਸਤਾਦ ਇਧਰ ਆ, ਇਧਰ ਤੇ ਕਹਿੰਦੇ ਵੱਢ ਖਾਣਾ ਸੱਦਿਆ ਹੋਇਆ, ਵੱਢ ਖਾਣਾ ਹੋਏ ਹੋਏ ਪਾਲਕੀ ਸਾਹਿਬ ਦੀ ਤਿਆਰੀ ਇੱਧਰ ਯਾਰ, ਗੱਡੀ ਦੀ ਇੰਡੀਕੇਟਰ ਬੰਦ ਕਰ ਦਿਓ। ਬਿਊਟੀਫੁੱਲ ਕਹਿੰਦਾ ਸਾਨੂੰ ਵੀ ਲੈ ਲਾ ਵਿੱਚ, ਬਿਊਟੀਫੁੱਲ ਹਾਏ ਹਾਂਜੀ, ਆਹੋ ਆਹੋ ਸੇਵਾਦਾਰ ਦੂਹੋ ਦੂ ਹੈ ਇੱਧਰ, ਵੇਖੋ ਪੀ ਆਰ ਦੀ ਤਿਆਰੀਆਂ, ਹਰ ਚੀਜ਼ ਚ ਯੋਗਦਾਨ। ਜਿਹਨਾਂ ਦੇ ਵਿਜਨ ਲੱਗੇ ਉਹ ਬੀਜਾਂ ਵਾਲੀ, ਤੇ ਜਿਹਨਾਂ ਦੇ ਲੱਗੇ ਉਹ ਪੀ ਆਰ ਲਈ। ਮੈਮ ਮੈਂ ਕੁਝ ਕੀਤਾ ਦੱਸ ਦੇ, ਦੂਗੋ ਦੂ ਦੂਗੋ ਦੂ ਦੂਗੋ ਦੂ, ਤੈਨੂੰ ਮੈਂ ਬੜੇ ਪਿਆਰ ਨਾਲ ਸੇਵਾ ਕਰਦੇ ਨਾ ਸਾਡੇ ਪਿੰਡ ਦੇ ਮੁੰਡੇ। ਮੈਂ ਮਿੱਤਰੋ ਇੱਕ ਗੱਲ ਹੈਗੀ, ਸਵੇਰ ਦੇ ਨਾ ਮੁੰਡੇ ਨੇ ਆਹ ਤਿਆਰੀ ਕੀਤੀ ਆ ਇੱਧਰ, ਬਾਕੀ ਗੁਰੂ ਘਰ ਜਿੰਨੀ ਲੱਭਦੀ ਪਈ ਨਾ ਅੱਜ ਸਾਰੀ ਇਹਨਾਂ ਦੀ ਬਦੌਲਤ। ਬਾਕੀ ਗੁਰਦੁਆਰਾ ਸਾਹਿਬ ਜਾ ਕੇ ਦਿਖਾਉਣਾ ਕੀ ਹਿਸਾਬ ਕਿਤਾਬ ਕੀਤੇ ਜਾਣ ਸਵੇਰ ਦਾ, ਐਂਡ ਕਰਾਈ ਫਿਰਦੇ ਜੀ। ਸੇਵਾਦਾਰਾਂ ਅਨੁਸਾਰ ਆਹ ਸਟੈਂਡ ਦੀ ਹਾਈਟ ਕਿਤੇ ਬਾਹਲੀ ਉੱਚੀ ਆ, ਤੇ ਕਹਿੰਦੇ ਪਹਿਲਾਂ ਪ੍ਰਕਾਸ਼ ਕਰਨ, ਮਹਾਰਾਜ ਸਰੂਪ ਦੇ ਪ੍ਰਕਾਸ਼ ਕਰਨ ਤੋਂ ਪਹਿਲਾਂ ਰਾਤ ਹੀ ਪਹਿਲਾਂ ਇੱਕ ਟੈਸਟ ਡਰਾਈਵ ਕਰ ਰਹੀ ਹੈ ਪਿੰਡ ਦੇ, ਜਿੱਧਰ ਜਿੱਧਰੋਂ ਨਗਰ ਕੀਰਤਨ ਨਿਕਲਣਾ, ਉਹ ਤੋਂ ਬਾਅਦ ਫਿਰ ਫਿਕਸ ਕਰਕੇ ਤੇ ਤਿਆਰੀ ਕਰਦੇ ਹਾਂ ਪਾਲਕੀ ਸਾਹਿਬ ਦੀ। ਬਾਬਾ ਜੀ ਲੰਮੇ ਪਾ ਤੇ ਸਾਡੇ, ਨਹੀਂ ਬਾਬਾ ਜੀ ਮੁੱਦੇ ਕਰਤੇ ਹੀ ਹੋਣੇ ਯਾਰੀ ਭਾਈ ਨੇ, ਟਾਈਮ 9:30 ਦਾ ਟ੍ਰਾਇਲ ਸਿੰਪਲ ਹੋ ਗਿਆ, ਤੇ ਇੱਧਰ ਹੁਣ ਸਜਾਵਟ ਦੀ ਤਿਆਰੀ, ਤੇ ਠੰਡ
ਵੱਟ ਤੇ 5-6 ਡਿਗਰੀ ਕੋਕਾ ਕੰਮ ਤੇ ਇਧਰਲੇ ਪਾਸੇ ਅੱਗ ਬਾਲ ਕੇ ਉਹ ਧਿਆਨ ਭਾਵਣ ਨਾ ਬਚਾ ਲਿਓ ਕਿਤੇ ਨਾਲ ਕੰਮ ਕਰੀਏ ਤੁਸੀਂ ਮਿੱਤਰੋ ਵਲੋਗ ਨਾਲ ਜੁੜੇ ਰਹੋ ਸਜਾਵਟ ਕਰਕੇ ਅਤੇ ਫਿਰ ਰੈਸਟ ਕਰਾਂਗੇ ਬਾਕੀ ਦਾ ਇੱਕ ਲਾਈਵ ਵੱਖਰਾ ਹੋਣਾ ਨਗਰ ਕੀਰਤਨ ਦਾ ਅਤੇ ਵਲੋਗ ਵੱਖਰਾ ਹੋਣਾ ਬਾਕੀ ਤੁਹਾਨੂੰ ਲਿੰਕ ਮਿਲ ਜਾਣਗੇ ਤੁਸੀਂ ਦੇਖ ਲਿਓ ਭਾਈ ਪਾਪਾ ਤੁਸੀਂ ਦੇਖ ਸਕਦੇ ਗਾਈਸ ਸੇਵਾ ਕਰਦਿਆਂ ਕਰਦਿਆਂ ਚਾਹ ਦੀ ਸੇਵਾ ਘਰ ਵਾਲਿਆਂ ਵੱਲੋਂ ਘਰ ਵਾਲਿਆਂ ਤੁਹਾਡੇ ਘਰ ਵਾਲੇ ਸਾਡੇ ਘਰ ਸੋਰੀ ਯਾਰ ਨਹੀਂ ਸੱਚ ਗਲਾਸ ਤੇ ਇਹਨਾਂ ਦੇ ਆ ਗਲਾਸ ਨੂੰ ਬਸ ਬਸ ਥੋੜ੍ਹੀ ਮਾਮਾ ਚੱਲ ਇੰਨਾ ਫੋਰਸ ਕਰਦਾ ਪੀ ਲੈਣੀ ਆ ਕਹਿੰਦੇ ਕੋਸਾ ਬਾਪ ਮੁਰੇ ਹੋਏ ਨੇ ਉਹ ਵੀ ਲਾ ਦੋਨੋਂ ਇਕੱਠੀਆਂ ਜੋੜ ਦੂਗਾ ਫੜਾ ਗਾੜੀ ਮਾਰੀਏ ਜੀ ਯਾਰ ਇਹਨਾਂ ਨਾਲ ਭੀੜ ਦੋ ਪਹਿਲੇ ਪਹਿਲੇ ਸੌਰਾ ਕਰ ਮੈਂ ਉੱਥੇ ਕੀ ਬਾਤ ਨਹੀਂ ਆ ਉਹ ਫੜ ਲਈ ਸੀ ਯਾਰ ਇੱਕੋ ਜਿਹਾ ਬਸ ਉੱਕਰ ਵਾਲਾ ਬਸ ਇਦਾਂ ਕਰਦੇ ਬਸ ਠੀਕ ਆ ਹੁਣ ਉੱਕਰ ਬੋਲ ਦੇ ਛੱਡ ਦੇ ਬਸ ਇਹਨਾਂ ਨੂੰ ਸਿੱਧੇ ਕਰਦੇ ਬਣ ਬੜੇ ਹੱਥ ਦੇ ਸਿੱਧੇ ਮਾਰਦੇ ਐਂ ਹੀ ਮਗਰੂ ਹੈ ਬਣੀ ਮਗਰ ਮੈਂ ਕਹਿੰਦਾ ਤੇਲ ਪਈ ਯਾਰ ਨਹੀਂ ਭਾਜੀ ਮਠਾ ਮਠਾ ਕੰਮ ਕਰਦਿਆ ਕੰਮ ਸੂਤਰ ਆਈ ਜਾਂਦਾ ਇੱਧਰ ਪਵਾਲਕੀ ਸਾਹਿਬ ਥੋੜ੍ਹੀ ਥੋੜ੍ਹੀ ਤਿਆਰ ਹੋ ਗਈ ਬਾਕੀ ਦਾ ਕੰਮ ਸਵੇਰੇ ਕਰਾਂਗੇ ਉਹ ਛੋਕਰੇ ਵੇਖੋ ਪਤਾ ਨਹੀਂ ਕਿਹਦੇ ਆ ਓਏ ਅੱਧੀ ਰਾਤ ਹੋ ਗਈ ਪਰ ਇਹਨਾਂ ਦੀ ਦੀਦੇ ਨੀਂਦ ਨਹੀਂ ਹੈਗੀ ਹਾਏ ਹਾਏ ਖਰੇ ਕਿਹਦੇ ਛੋਕਰੇ ਝਾਤੀਆਂ ਮਰ ਜਾਂਦੇ ਦੰਦ ਕੱਢੀ ਜਾਂਦੇ ਆਏ ਇਹਨਾਂ ਦੇ ਸਵੇਰੇ ਪੰਚਾਇਤ ਪੱਕੀ ਆ ਸੇਵਾ ਤਕਰੀਬਨ ਸਮਾਪਤੀ ਤੇ ਬਾਕੀ ਦਾ ਕੰਮ ਸਵੇਰੇ ਕਰਾਂਗੇ ਮਿੱਤਰੋ ਇੱਧਰ ਨੌਜਵਾਨ ਨੂੰ ਠੰਡ ਪੂਰੀ ਲੱਗਣ ਡੀ ਠਾਰ ਤੇ ਸਿੱਧੀ ਨੱਕ ਨੂੰ ਜਾਈ ਜਾਂਦੀ ਆ ਬਾਕੀ ਮਿੱਤਰ ਆਪਣਾ ਪਹੁੰਚ ਗਿਆ ਦੁਬਈ ਦੁਬਈ ਉਹਦਾ ਸਟੇ ਤੇ ਸਾਡੀਆਂ ਸੋਰੀਆਂ ਵੇਖ ਵੇਖ ਸੁਣ ਹੋਇਆ ਪਿਆ ਵਿਚਾਰਾ ਇੱਧਰ ਵੇਖੋ ਭਾਂਬੜ ਮਚਾਉਣ ਡੇ ਇਹਨਾਂ ਨੇ ਇੱਕ ਅੱਧਾ ਫੂਕਣਾ ਤੇ ਫੇਰ ਸਾਹ ਲੈਣਾ ਜਾਦੂਗਰ ਸਮਰਾਟ ਤੇ ਬਾਬੇ ਉਹ ਅਗਲੇ ਵਲੋਗ ਰਾਹੀਂ ਗੱਲ ਕਰਾਂਗੇ ਨਗਰ ਕੀਰਤਨ ਦੀ ਬਾਕੀ ਤੁਹਾਨੂੰ ਪਹਿਲਾਂ ਵੀ ਦੱਸਿਆ ਨਗਰ ਕੀਰਤਨ ਲਾਈਵ ਵੱਖਰਾ ਹੋਣਾ ਤੇ ਵਲੋਗ ਵੱਖਰਾ ਹੋਣਾ ਬਾਕੀ ਤੁਸੀਂ ਉਸ ਵਲੋਗ ਦੀ ਵੇਟ ਕਰਿਓ ਇਸ ਵਲੋਗ ਤੋਂ ਬਾਅਦ ਸਿੱਧਾ ਉਹੀ ਵਲੋਗ ਆਊਗਾ ਬਾਕੀ ਇੱਥੇ ਸਮਾਪਤੀ ਅਗਲੀ ਸੇਵਾ ਕੱਲ੍ਹ ਦੀ ਸਵੇਰੇ ਉੱਠ ਕੇ ਪ੍ਰਭਾਤ ਫੇਰੀ ਉਸ ਤੋਂ ਬਾਅਦ ਕੰਮ ਚਾਲੂ ਕਰਾਂ ਮੇਰਾ ਵੀ ਦਾਦਾ ਲਾਈਵ ਟੈਲੀਕਾਸਟ ਕਰਨ ਆ ਗਿਆ ਲਾਈਵ ਟੈਲੀਕਾਸਟ ਕਰਨ ਦਾ ਕਰਨਦੀਪ ਸਿੰਘ ਰਾਮਗੜੀਆ ਆਨੰਦ ਆ ਵੈਰੀ ਤੇ ਬਾਕੀ ਮਿੱਤਰੋ ਧੰਨਵਾਦ ਵੀਡੀਓ ਦੇਖਣ ਲਈ ਮਿਲਦੇ ਜਲਦੀ ਅਗਲੀ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ